ਹਲਕਾ ਫਿਲੌਰ ਦੇ ਪਿੰਡ ਢੰਡਵਾੜ ਵਿਖੇ ਇਲਾਕੇ ਦੀ ਸੇਵਾ ਨਿਭਾਉਂਦਾ ਸੇਵਾ ਕੇਂਦਰ ਲੋਕਾਂ ਵੱਲੋਂ ਨਾ ਬੰਦ ਕਰਨ ਦੇ ਤਰਲੇ ਕਰਨ ਦੇ ਬਾਵਜੂਦ ਆਈ ਟੀਮ ਸਮਾਨ ਝੁੱਕੇ ਚੱਲਦੇ ਬਣੇ। ਪਿੰਡ ਢੰਡਵਾੜ ਵਿਖੇ ਨਾਇਬ ਤਹਿਸੀਲਦਾਰ ਸੁਰਿੰਦਰਪਾਲ ਸਿੰਘ ਪੁੰਨੂ ਦੀ ਅਗਵਾਈ ਵਿੱਚ ਪਟਵਾਰੀ ਅਵਨਿੰਦਰ ਸਿੰਘ, BLC ਕੰਪਨੀ ਦੇ DM ਬਲਵਿੰਦਰ ਸੰਧੂ ਸਮੇਤ ਆਈ ਟੀਮ ਵੱਲੋਂ ਸੇਵਾ ਕੇਂਦਰ ਵਿੱਚੋਂ ਕੰਪਿਊਟਰ, ਸਕੈਨਰ, ਫੋਟੋਸਟੇਟ ਅਤੇ ਹੋਰ ਸਮਾਨ ਚੁੱਕਣ ਲਈ ਆਏ ਤਾਂ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਹੀ ਕਿ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਪਿੰਡ ਵਾਸੀਆਂ ਨੇ ਆਈ ਟੀਮ ਕੋਲ ਤਰਲੇ ਕੀਤੇ ਕਿ ਇਹ ਸੇਵਾ ਕੇਂਦਰ ਇਲਾਕੇ ਭਰ ਨੂੰ ਬਹੁਤ ਸੇਵਾਵਾਂ ਦੇ ਰਿਹਾ ਹੈ। ਇੱਥੋਂ ਇਹ ਸੇਵਾ ਕੇਂਦਰ ਬੰਦ ਹੋਣ ਨਾਲ ਲੋਕਾਂ ਨੂੰ ਇੱਥੋਂ ਦੂਰ ਫਲੋਰ ਜਾਂ ਗੁਰਿਆਂ ਜਾ ਕੇ ਕੰਮ ਕਰਵਾਉਣੇ ਪੈਣਗੇ, ਪਰ ਆਈ ਟੀਮ ਨੇ ਲੋਕਾਂ ਦੀ ਬੇਨਤੀ ਜਾਂ ਤਰਲਿਆਂ ਦਾ ਕੋਈ ਵੀ ਅਸਰ ਨਹੀਂ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਹੁਕਮ ਹਨ ਤਾਂ ਉਹ ਇੱਥੋਂ ਸਮਾਨ ਲੈ ਕੇ ਹੀ ਜਾਣਗੇ। ਸੇਵਾ ਕੇਂਦਰ ਜਿਹੜਾ ਆਪਣੇ 10 ਪਿੰਡਾਂ ਨੂੰ ਸਹੂਲਤ ਦਿੰਦੀ ਹੈ, ਸੇਵਾ ਕੇਂਦਰ ਦੀ ਜਿਹੜਾ ਆਪਾਂ ਕੰਮ ਫਲੋਰ ਜਾਂ ਗਰਾਇਆਂ ਜਾ ਕੇ ਕਰਦੇ ਸੀਗੇ ਉਹ ਆਪਣਾ ਕੰਮ ਸਾਡੇ ਪਿੰਡ ਦੇ ਵਿੱਚ ਹੀ ਹੋ ਜਾਂਦਾ ਹੈਗਾ। ਇਹਦੀ ਬਹੁਤ ਸਾਰੀ ਸਹੂਲਤਾਂ ਸੀਗੀਆਂ ਸਾਨੂੰ, ਇਹ ਜਿਹੜਾ ਬੰਦ ਹੋ ਰਿਹਾ ਆ ਇਹਦਾ ਬਹੁਤ ਵੱਡਾ ਘਾਟਾ ਪੈ ਰਿਹਾ ਸਾਨੂੰ ਬੰਦ ਹੋਣ ਦਾ। ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ, ਮੁਲਾਜ਼ਮਾਂ ਅੱਗੇ ਵੀ ਬੇਨਤੀ ਕੀਤੀ ਸੀ ਵੀ ਇਹਨੂੰ ਬੰਦ ਨਾ ਕੀਤਾ ਜਾਵੇ, ਸਾਡੇ ਪਿੰਡ ਵਿੱਚ ਇਹਨੂੰ ਰੱਖਿਆ ਜਾਵੇ ਤਾਂ ਕਿ ਲੋਕਾਂ ਨੂੰ ਸਹੂਲਤ ਮਿਲਦੀ ਰਹੇ ਅਤੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਸਾਨੂੰ ਸਰਕਾਰ ਨੇ ਸਹੂਲਤਾਂ ਮਿਲਣੀਆਂ ਚਾਹੀਦੀਆਂ, ਉਲਟਾ ਸਰਕਾਰ ਸਾਡੇ ਕੋਲ ਸਹੂਲਤਾਂ ਖੋ ਰਹੀ ਆ। ਨਹੀਂ ਵੋਟਾਂ ਦਾ ਜਿਹੜੇ ਆਪਾਂ ਵਾਅਦੇ ਕਰਦੇ ਹਾਂ ਉਹ ਤਾਂ ਕਦੇ ਵੀ ਤੁਹਾਨੂੰ ਵੀ ਪਤਾ ਆ ਗੌਰਮੈਂਟ ਕਦੇ ਵੀ ਪੂਰੇ ਨਹੀਂ ਕਰਦੇ ਹੈਗੇ। ਗੌਰਮੈਂਟ ਨੂੰ ਹਮੇਸ਼ਾ ਇਹੀ ਹੁੰਦਾ ਵੀ ਆਪਾਂ ਲੋਕਾਂ ਕੋਲੋਂ ਵੋਟ ਲੈਣੀ ਆ, ਚਾਹੇ ਕਿਸੇ ਤਰੀਕੇ ਨਾਲ ਵੋਟ ਲਈ ਜਾਵੇ। ਅਸੀਂ ਲੀਡਰਾਂ ਨੂੰ ਹਰ ਟਾਈਮ ਪੁੱਛਦੇ ਹਾਂ, ਜਦੋਂ ਵੀ ਸਾਡੇ ਕੋਲ ਆਉਂਦਾ ਲੀਡਰ ਅਸੀਂ ਲੀਡਰ ਨੂੰ ਪੁੱਛਦੇ ਹਾਂ, ਪਹਿਲੀ ਤਾਂ ਗੱਲ ਹੈ ਜਦੋਂ ਹੁਣ ਵੋਟ ਪੈ ਚੁੱਕੀ ਆ, ਵੋਟਾਂ ਤੋਂ ਬਾਅਦ ਕੋਈ ਲੀਡਰ ਨਹੀਂ ਨਜ਼ਰ ਆ ਰਿਹਾ ਤੁਹਾਨੂੰ। ਜਦੋਂ ਸਮਾਨ ਚੁੱਕਣ ਆਈ ਟੀਮ ਨੂੰ ਇਸ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਈ ਮੀਡੀਆ ਨੂੰ ਕੋਈ ਵੀ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ਤੇ ਸਮਾਨ ਚੁੱਕੇ ਉੱਥੋਂ ਚੱਲਦੇ ਬਣੇ।